ਸਿਰਫ ਜਿੰਨਾ ਚਿਰ ਸਾਡੀ ਵੱਡੀ ਕੁੜੀ ਇੱਥੇ ਆ ਉਨਾ ਟਾਈਮ ਹੀ ਸਾਨੂੰ ਮਿਲਣੀਆਂ, ਉਹ ਤੋਂ ਬਾਅਦ ਸਾਨੂੰ ਨਹੀਂ ਮਿਲਣੀਆਂ। ਮੈਂ ਤੁਹਾਨੂੰ ਦੱਸਤਾ ਸਿੱਧੀ ਗੱਲ, ਨਹੀਂ ਮਿਲਣੀਆਂ। ਮੋਟਾ ਤਰਸਦਾ ਮਰ ਜਾਂਦਾ ਇਹ ਚੀਜ਼ਾਂ ਨੂੰ, ਜੇ ਉਹਨੂੰ ਦਿਸ ਜਾਣ ਤੇ ਉਹਨੂੰ ਦਾਨਤਾ ਪਾ ਪਾਈ ਰਜਾ ਦਿੰਦੀਆਂ। ਮੰਨੀ ਤੇਰੀ ਭੈਣ ਬੈਠੀ ਇੱਕ, ਉਹ ਹੋ ਤਾਂ ਤਿੰਨ ਠੀਕ ਆ। ਕੰਪਲੇਨ ਨਾ ਹੋਣਾ ਆਵੇ ਤੇਰੀ ਕਾਲੇ ਮੂੰਹ ਵਾਲਿਆ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਅੱਜ ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਸ ਆਓ ਤੁਹਾਨੂੰ ਦਿਖਾਉਂਦੇ ਸਟੋਰੀ ਗਾਇਸ, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਤਾਂ ਦੋਸਤੋ ਐਡਾ ਨਿੱਕਾ ਆ ਗਿਆ ਸੀ ਵੀਡੀਓ, ਨਿੱਕੀ ਜਿਹੀ ਚੀਜ਼ ਨਾਲ ਟੈਕਨੋਲੋਜੀ ਚੱਕੀ ਬਾਈ ਵੇਖ ਲਓ। ਐਪਲ ਕਰਾਈ ਵੀ ਆਹ ਬੜਾ ਮਹਿੰਗਾ ਸਿਸਟਮ ਯਾਰ, ਵਾਇਰਲੈਸ ਜਿਹਾ ਕੀ ਚੀਜ਼ ਆ ਇਹ। ਹੋਰ ਗੱਲਾਂ ਨੇ ਗੱਲਾਂ ਲੀਡਾਂ ਬਹੁਤ ਮਿਲ ਗਈਆਂ ਆਪਾਂ ਨੂੰ ਇਹਦੇ ਨਾਲ। ਆਹ ਚੀਜ਼ਾਂ ਸਿਰਫ ਜਿੰਨਾ ਚਿਰ ਸਾਡੀ ਵੱਡੀ ਕੁੜੀ ਇੱਥੇ ਆ ਉਨਾ ਟਾਈਮ ਹੀ ਸਾਨੂੰ ਮਿਲਣੀਆਂ, ਉਹ ਤੋਂ ਬਾਅਦ ਸਾਨੂੰ ਨਹੀਂ ਮਿਲਣੀਆਂ। ਮੈਂ ਤੁਹਾਨੂੰ ਦੱਸਤਾ ਸਿੱਧੀ ਗੱਲ, ਨਹੀਂ ਮਿਲਣੀਆਂ। ਸਾਡੇ ਘਰ 'ਚ ਹੈ ਨਹੀਂ ਰੂਲ, ਜੇ ਆ ਗਈਆਂ ਤਾਂ ਗੁਰਦੀਪ ਕੌਰ ਨੇ ਲੁਕੋ ਕੇ ਰੱਖ ਦੇਣੀਆਂ, ਗੱਲ ਜਾਣਗੀਆਂ ਕਿਸੇ ਦੇ ਢਿੱਡ 'ਚ ਨਾ ਜਾਣ। ਮੋਟਾ ਤਰਸਦਾ ਮਰ ਜਾਂਦਾ ਇਹ ਚੀਜ਼ਾਂ ਨੂੰ, ਜੇ ਉਹਨੂੰ ਦਿਸ ਜਾਣ ਤੇ ਉਹਨੂੰ ਦਾਨਤਾ ਪਾ ਪਾਈ ਰਜਾ ਦਿੰਦੀਆਂ, ਇਹਦੇ ਨਾਲ ਹੀ ਰੱਜਣ ਦਿੰਦੀਆਂ। ਇਹ ਸਾਡੇ ਕਰਮਾਂ 'ਚ ਨਹੀਂ ਗੀਆਂ, ਜਿੰਨਾ ਚਿਰ ਸਾਡੀ ਕੁੜੀ ਬਾਹਰ ਲਿਆਈ ਆ ਉਹਨਾਂ ਟਾਈਮ ਸਾਨੂੰ ਮਿਲਣਾ, ਅਦਰਵਾਈਜ਼ ਸਾਨੂੰ ਕੁਛ ਨਹੀਂ ਮਿਲਣਾ। ਇਹ ਬੂਟੇ ਲੈਣ ਆਈ, ਉਹ ਕਹਿੰਦਾ ਬੂਟੇ ਨਹੀਂ ਹੈਗੇ। ਮੰਨੀ ਤੇਰੀ ਭੈਣ ਬੈਠੀ ਇੱਕ, ਉਹ ਹੋ ਤਾਂ ਤਿੰਨ। ਮੈਂ ਕਿਹਾ ਇਹ ਵੀ ਮੱਝਾਂ ਰੱਖੀ ਬੈਠਾ। ਤਕਲੇ ਵੀ ਮਿਹਨਤ ਕਰਦੇ, ਤੁਹਾਨੂੰ ਨਹੀਂ ਇਹ ਬੂਟੇ ਲੈਣ ਆਈ ਆ ਮੋਟਾ ਭੈਣ ਸਾਡੀ। ਇਹ ਕਿਹੜੇ ਬੂਟੇ ਲੈ ਕੇ ਜਾਣੇ ਤੂੰ? ਮੈਂ ਕਹਿੰਦੀ ਸੋਹਣੇ ਸੋਹਣੇ ਜਿਹੜੇ ਮਿਲ ਜਾਣ ਆਪਾਂ ਨੂੰ, ਐਲੋਵੀਰਾ ਵੀ ਲੈ ਕੇ ਚੱਲੀਏ। ਐਲੋਵੀਰਾ ਕੁੜੀਆਂ ਮੂੰਹ ਮਾਂ ਤੇ ਲਾ ਲਈਆਂ। ਹਾਏ ਕੱਚਾ ਪਪੀਤਾ, ਗੁਰਸ਼ਰਨ ਲੈ ਕੇ ਚੱਲੀਏ ਇਹਦਾ। ਲੈ ਹੋਏ ਜਿੱਦਾਂ ਕੋਈ ਚੀਜ਼ ਨਹੀਂ ਵੇਖੀ ਹੁੰਦੀ। ਹੋਏ ਆਪ ਦੇ ਨਾ ਵੱਡਾ ਬੈਗ ਲਿਆ ਹੋਇਆ ਨੇ। ਸਮਝ ਗਿਆ ਨਾ ਚੰਗੀ ਤਰ੍ਹਾਂ? ਠੀਕ ਆ, ਕੰਪਲੇਨ ਨਾ ਹੋਣਾ ਆਵੇ ਤੇਰੀ ਕਾਲੇ ਮੂੰਹ ਵਾਲਿਆ। ਬਾਈ ਜੀ, ਹੁਣੇ ਹੁਣੇ ਤਾਜ਼ਾ ਖਬਰ ਪਤਾ ਲੱਗੀ ਆਪਾਂ ਨੂੰ ਕਿ ਵੀਰ ਜੀ ਦੱਸਿਓ ਕਿਵੇਂ ਵੀ ਲੁਧਿਆਣੇ ਦੇ ਵਿੱਚ ਵੀ ਜੇ ਮੰਨ ਕੇ ਚੱਲੋ ਆਪਾਂ ਲਾਈਟਾਂ ਕ੍ਰੋਸ ਕਰ ਜਾਂਦੇ ਆ ਜਾਂ ਰੂਲ ਤੋੜ ਦਿੰਦੇ ਆ ਅੱਧੀ ਰਾਤ ਬਰਾਤੇ ਵੀ ਬਿੱਲ ਘਰੇ ਆਉਂਦਾ? ਆਉਂਦਾ ਆਉਂਦਾ ਮੇਰੇ ਆਇਆ ਵੀਰੇ। ਤੁਹਾਨੂੰ ਕਿੰਨੇ ਦਾ ਆਇਆ ਵੀਰ ਜੀ ਦੱਸਿਓ? ਹਜ਼ਾਰ ਰੁਪਏ ਦਾ ਹੀ ਆਇਆ। ਲੈ ਵੀ ਜ਼ਰੂਰੀ ਸੂਚਨਾ ਚੰਡੀਗੜ੍ਹ ਵਾਂਗੂ ਹੁਣ ਤੁਹਾਡੇ ਵੀ ਲੁਧਿਆਣੇ ਦੇ ਵਿੱਚ ਵੀ ਭਾਵੇਂ ਬਿੱਲ ਆਉਣ ਲੱਗ ਪੈਣੇ ਜੇ ਘਰੇ। ਇਹ ਸਮਝ ਲਓ ਗੱਲ ਆ ਚੁੱਕਿਆ। ਜਿਹਨੇ ਚਲਾਣ ਜਿਹਨੇ ਨਾ ਰੋਂਗ ਇੰਡੀਕੇਟਰ ਸੀਟ ਬੈਲਟ ਲਾਈ, ਅਸੀਂ ਤਾਂ ਬਈ ਸੀਟ ਬੈਲਟ ਵੈਸੇ ਨਹੀਂ ਲਈ, ਸਾਡਾ ਵੀ ਆਉਣਾ ਲਾਈ ਜੇ ਰੁਕ ਜਾ ਬਸ। ਹਾਂਜੀ ਗਾਇਸ, ਤੁਸੀਂ ਦੇਖ ਲਈ ਸਟੋਰੀ ਗਾਇਸ। ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।